10 तरीक नूं शिबर जी जिहड़ा बंद होण जा रिहा उहदे विच जिहड़ा इह वजीफा घटौला इहनूं लैके तां है ही मसला जां मंत्री नूं लांभे करन वाला मसला तां इह कैप्टन सरकार दी नीतियां दे खिलाफ तां मसला है ही नाल कहिंदे कि उह जिहड़ा हासरस वाली घटना वापरी है यूपी 'च जिहड़े दलित परिवार दी बेटी उहदे नाल वी लैके धरना की लगदा कि पंजाब दी आवाज़ इत्थों लीडर वी जा रहे ने उत्थें मिलण तक की लगदा कि इहदे नाल यूपी सरकार कोई गंभीर नज़र आएगी क्योंकि उत्थे जिहे जिहा जात दा पड़ है ਉਹ ਬੜਾ ਭਿਆਨਕ ਨਜ਼ਰ ਆਉਂਦਾ ਦੇਖ ਜੀ ਦੇਖੋ ਜਿਹੜਾ ਸਭ ਤੋਂ ਨੰਬਰ ਇੱਕ ਪੁਆਇੰਟ ਆ ਉਹ ਤਾਂ ਬੰਦ ਦੀ ਜਿਹੜੀ ਕਾਲ ਦੀ ਸੱਦਾ ਉਹਦੇ ਵਿੱਚ ਜਿਹੜਾ ਸਕਾਲਰਸ਼ਿਪ ਘਟਾਲਾ ਉਹ ਤਾਂ ਹੈ ਹੀ ਹੈ ਜੀ ਤੇ ਦੂਜਾ ਕੁਦਰਤੀ ਤੌਰ ਤੇ ਜਿਹੜੀ ਇਹ ਘਟਨਾ ਇਹ ਸਾਹਮਣੇ ਆ ਗਈ ਇਹਦੇ ਕਰਕੇ ਇਹ ਵੀ ਜਿਹੜਾ ਦਲਤਾਂ ਭਾਈਚਾਰਾ ਉਹ ਸਮਝਦਾ ਵੀ ਸਾਡੇ ਨਾਲ ਬਹੁਤ ਵੱਡਾ ਧੱਕਾ ਹੋਇਆ ਕਿ ਇਹ ਜਿਹੜੀ ਉਹਦੀ ਜੀਭ ਕੱਟੀ ਗਈ ਆ ਦੇਖੋ ਪਹਿਲਾਂ ਤਾਂ ਉਹਦੇ ਨਾਲ ਸ਼ੋਸ਼ਣ ਹੋਇਆ ਜਿਨਸੀ ਸ਼ੋਸ਼ਣ ਹੋਇਆ ਫਿਰ ਉਹਦੀ ਕਟਾਈ ਹੋਈ ਆ ਰੇੜ ਦੀ ਹੱਡੀ ਤੋੜੀ ਤੱਕ ਗਈ ਆ ਤੇ ਫਿਰ ਉਹਦੀ ਜੀਭ ਕੱਟੀ ਆ ਵੀ ਆਪਣੇ ਆਪ ਦੇ ਵਿੱਚ ਉੱਤੋਂ ਧਿਰਾਂ ਫਿਰ ਆਪਣੇ ਆਪ ਨੂੰ ਪਵਿੱਤਰ ਪਾਵਨ ਦੱਸ ਰਹੀ ਹਾਂ ਕਿ ਹਾਂ ਅਸੀਂ ਬਹੁਤ ਸੱਚੇ ਸੁੱਚੇ ਹਾਂ ਵੀ ਇਸ ਕਰਕੇ ਉਹ ਵੀ ਨਾਲ ਜੁੜ ਗਿਆ ਇਸ ਕਰਕੇ ਵੱਡਾ ਜਿਹੜਾ ਨੈਸ਼ਨਲ ਮੁੱਦਾ ਬਣਿਆ ਹੋਇਆ ਇਸ ਕਰਕੇ ਇਹਨੂੰ ਵੀ ਨਾਲ ਜੋੜ ਲਿਆ ਮੇਨ ਉਹਨਾਂ ਦਾ ਜਾਨੀ ਕਿ ਸਕਾਲਰਸ਼ਿਪ ਘਟਾਲਾ ਹੀ ਆ ਇਹਨੂੰ ਵੀ ਨਾਲ ਲੈ ਕੇ ਗੱਲ ਕਰਨਗੇ ਦੇਖੋ ਮੈਂ ਇਸ ਗੱਲ ਨੂੰ ਮੰਨ ਕੇ ਚੱਲ ਰਿਹਾ ਕਿ ਜਿਹੜੀ ਔਰਤ ਆ ਉਹਦੀ ਕੋਈ ਜਾਤ ਨਹੀਂ ਹੁੰਦੀ ਹਾਂ ਔਰਤ ਆਪਣੇ ਆਪ ਦੇ ਵਿੱਚ ਇੱਕ ਵਿਕਟਮ ਆ ਇੱਕ ਉਹ ਚਾਹੇ ਉਹ ਕਿਸੇ ਵੀ ਵਰਗ ਨਾਲ ਸੰਬੰਧਿਤ ਆ ਉਹ ਔਰਤ ਨੂੰ ਹਰੇਕ ਵਰਗ ਦੇ ਵਿੱਚ ਦਬਾ ਕੇ ਰੱਖਿਆ ਗਿਆ ਠੀਕ ਆ ਵੀ ਜਿਹੜੀ ਇਹ ਦਲਿਤ ਭਾਈਏ ਦੇ ਨਾਲ ਸੰਬੰਧਿਤ ਆ ਇਹਨੂੰ ਆਪਣੇ ਪਰਿਵਾਰਾਂ ਵਿੱਚ ਵੀ ਆਪਣੇ ਵਰਗ 'ਚ ਵੀ ਤੇ ਦੂਜੇ ਸਮਾਜ ਵੱਲੋਂ ਵੀ ਸਮਾਜ ਦੂਰੀ ਮਾਰ ਪੈ ਰਹੀ ਦੂਰੀ ਮਾਰ ਪੈ ਰਹੀ ਆ ਹੁਣ ਤੁਸੀਂ ਦੇਖੋ ਜਦੋਂ ਆਪਾਂ ਅਕਸਰ ਗੱਲਾਂ ਕਰਦੇ ਆ ਜਦੋਂ ਨਿਰਭਿਆ ਕਾਂਡ ਹੋਇਆ ਉਦੋਂ ਸਰਕਾਰ ਨੇ ਬਹੁਤ ਸਖਤੀ ਵੀ ਵਰਤੀ ਜਿਹੜੇ ਨਵੇਂ ਕਾਨੂੰਨ ਆ ਉਹ ਬਣਾਏ ਕਾਨੂੰਨ ਵਿੱਚ ਸੋਧ ਵੀ ਕੀਤੀ ਉਦੋਂ ਇਹ ਲੱਗਦਾ ਵੀ ਸੀਗਾ ਵੀ ਸ਼ਾਇਦ ਕੁਛ ਘੱਟ ਜੂਗੇ ਪਰ ਉਹਦੀ ਰਫ਼ਤਾਰ ਤਾਂ ਘਟੀ ਨਹੀਂ ਹੈਗੀ ਜਿਹੜੇ ਨਿਰੰਤਰ ਆ ਜਿਉਂਦੇ ਤਿਉਂ ਆ ਜਿਹੜੀਆਂ ਰੇਪ ਦੀਆਂ ਜਿਹੜੀਆਂ ਘਟਨਾਵਾਂ ਉਹ ਸਾਹਮਣੇ ਆ ਰਹੀਆਂ ਹੁਣ ਵੀ ਜਿਹੜੀ ਇਹ ਘਟਨਾ ਸਾਹਮਣੇ ਆਈ ਆ ਹਾਥਰਸ ਵਾਲੀ ਆਪਾਂ ਇਹ ਵੀ ਮੰਨਦੇ ਆ ਕਿ ਇਹ ਵੀ ਨਹੀਂ ਹੁਣ ਲਾਸਟ ਘਟਨਾ ਨਹੀਂ ਹਾਂ ਬਿਲਕੁਲ ਬਿਲਕੁਲ ਇਹ ਜਿਹੜੀਆਂ ਘਟਨਾਵਾਂ ਹੁੰਦੀਆਂ ਰਹਿਣੀਆਂ ਇਹਦੇ ਵਿੱਚੇ ਕਾਰਨ ਕਈ ਆ ਕਿ ਜਿਵੇਂ ਹੁਣ ਆਪਾਂ ਇਹ ਗੱਲ ਕਹਿ ਸਕਦੇ ਹਾਂ ਵੀ ਜਿਹੜੇ ਦੋਸ਼ੀ ਆ ਉਹਨਾਂ ਨੇ ਉਹਦੀ ਜੀਭ ਕੱਟੀ ਆ ਚਾਹੇ ਮਤਲਬ ਉਹਦੀ ਉਹਨਾਂ ਨਾਲ ਲੜਦਿਆਂ ਦੀ ਹੱਥੋਂ ਪਾਈ ਹੁੰਦਿਆਂ ਦੀ ਜਾਂ ਆਪਣੇ ਆਪ ਨੂੰ ਬਚਾਉਣ ਲਈ ਕਿ ਸਾਡੇ ਬਿਆਨ ਨਾ ਦੇਵੇ ਹਾਂ ਵੀ ਕੱਟ ਗਈ ਜੋ ਕੁਛ ਵੀ ਮਰਜ਼ੀ ਹੋਇਆ ਉਹਦੀ ਜੀਭ ਗਿਰ ਮੈਨੂੰ ਇਹ ਸਮਝ ਰਿਹਾ ਮੈਂ ਜਾਂ ਮੇਰਾ ਇਹ ਮੰਨਣਾ ਕਿ ਜੀਭ ਉਸ ਕੁੜੀ ਦੀ ਨਹੀਂ ਕੱਟੀ ਗਈ ਉਸ ਪੀੜਤਾ ਦੀ ਨਹੀਂ ਕੱਟੀ ਗਈ ਇਹ ਜੀਭ ਸਮੁੱਚੇ ਦੇਸ਼ ਵਾਸੀਆਂ ਦੀ ਸਮੁੱਚੇ ਸਮਾਜ ਬੋਲਣ ਵਾਲਿਆਂ ਦੀ ਸਮੁੱਚੇ ਸਮਾਜ ਦੀ ਜੀਭ ਕੱਟੀ ਗਈ ਹੈ ਕਿਉਂਕਿ ਉਹ ਬੋਲ ਨਹੀਂ ਰਹੇ ਉਹਨਾਂ ਨੇ ਅੱਖਾਂ ਵਿੱਚ ਹੋਈਆਂ ਤੁਸੀਂ ਜਿੰਨੀ ਦੇਰ ਅੱਖਾਂ ਵਿੱਚ ਕੇ ਰੱਖੋਗੇ ਜਿੰਨਾ ਚਿਰ ਤੁਸੀਂ ਨਹੀਂ ਬੋਲੋਗੇ ਉਨੀ ਦੇਰ ਤੱਕ ਅਜਿਹੇ ਜਿਹੜੇ ਕਾਰੇ ਆ ਉਹ ਹੁੰਦੇ ਰਹਿਣਗੇ ਹੁਣ ਤੁਸੀਂ ਦੇਖੋ ਇਸ ਸਾਰੀ ਘਟਨਾ ਦੇ ਵਿੱਚ ਜਿਹੜੇ ਬੀਜੇਪੀ ਦੇ ਮੈਂਬਰ ਆਫ ਪਾਰਲੀਮੈਂਟ ਨੇ ਬੀਜੇਪੀ ਦੇ ਰਾਜ ਸਭਾ ਮੈਂਬਰ ਨੇ ਬੀਜੇਪੀ ਦੇ ਵਿਧਾਇਕ ਨੇ ਬੀਜੇਪੀ ਦੇ ਆਗੂ ਨੇ ਸਾਰੇ ਚੁੱਪ ਬੈਠੇ ਨੇ ਜਦਕਿ ਇੱਕ ਤੁਸੀਂ ਕਹਿ ਰਹੇ ਆ ਕੁੜੀ ਪੜਾਓ ਦਾ ਤੁਸੀਂ ਨਾਰਾ ਦੇ ਰਹੇ ਆ ਕੁੜੀ ਬਚਾਓ ਕੁੜੀ ਪੜਾਓ ਦਾ ਨਾਰਾ ਦੇ ਰਹੇ ਆ ਤੁਹਾਨੂੰ ਬੋਲਣਾ ਚਾਹੀਦਾ ਬਿਲਕੁਲ ਬਿਲਕੁਲ ਇੱਥੇ ਪਾਰਟੀ ਵਾਲਾ ਮੁੱਦਾ ਕਿੱਥੋਂ ਆ ਜਾਵੇ ਇੱਥੇ ਹੁਣ ਇੱਥੇ ਜਣ ਕੇ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਜਾਂ ਦੂਜੇ ਬੋਲ ਰਹੇ ਨੇ ਬਾਏ ਦੀ ਵੇ ਜੇ ਇਹੀ ਸਰਕਾਰ ਦੇ ਹੁਣ ਸੇਮ ਉਹਦੇ ਸੇਮ ਆਪਾਂ ਉਸੇ ਗੱਲ 'ਚ ਕਰਦੇ ਹਾਂ ਹੁਣ ਸਕਾਲਰਸ਼ਿਪ ਦੇ ਘਟਾਲੇ ਦੇ ਵਿੱਚ ਕਾਂਗਰਸੀਆਂ ਦੇ ਜਿਹੜੇ ਵਿਧਾਇਕ ਆ ਜਾਂ ਕਾਂਗਰਸੀ ਆਗੂ ਆ ਉਹ ਚੁੱਪ ਬੈਠੇ ਨੇ ਉਹਨਾਂ ਨੇ ਕਬੂਤਰ ਵਾਂਗ ਅੱਖਾਂ ਬੰਦ ਕਰੀਆਂ ਪਈਆਂ ਵੀ ਸਾਨੂੰ ਕਿਹੜੇ ਦਿਖਦੇ ਨੇ ਇਹ ਜਿਹੜਾ ਸਿਸਟਮ ਆ ਇਹ ਬਹੁਤ ਮਾੜਾ ਹੈ ਸਹੀ ਨੂੰ ਸਹੀ ਗਲਤ ਨੂੰ ਗਲਤ ਕਹਿਣ ਦੀ ਸਹੀ ਨੂੰ ਜਦੋਂ ਤੱਕ ਤੁਸੀਂ ਸਹੀ ਨੂੰ ਸਹੀ ਨਹੀਂ ਕਹਿੰਦੇ ਗਲਤ ਨੂੰ ਗਲਤ ਨਹੀਂ ਕਹਿੰਦੇ ਉਦੋਂ ਤੱਕ ਤੁਸੀਂ ਜਿਹੜੀ ਡੈਮੋਕ੍ਰੇਸੀ ਦੇ ਅੰਦਰ ਲੋਕਤੰਤਰ ਦੇ ਵਿੱਚ ਤੁਹਾਡੇ ਕੋਲ ਅਧਿਕਾਰ ਆ ਕਹਿਣ ਦਾ ਉਦੋਂ ਤੱਕ ਤੁਸੀਂ ਸਮਾਜ ਦਾ ਜਿਹੜਾ ਨਿਬੇੜਾ ਸਮਾਜ ਦੇ ਵਿੱਚ ਜਿਹੜੀਆਂ ਊਣਤਾਈਆਂ ਜਾਂ ਸਮਾਜ ਜਿਹੜਾ ਲਹਿੰਦੇ ਵਾਲੇ ਪਾਸੇ ਨੂੰ ਜਾ ਰਿਹਾ ਜਾਂ ਥੱਲੇ ਨੂੰ ਜਾ ਰਿਹਾ ਇਹਨੂੰ ਤੁਸੀਂ ਉਠਾਉਣ ਵਾਲੇ ਪਾਸੇ ਨੂੰ ਲੈ ਸਕਦੇ ਵੱਡਾ ਜਿਹੜੀ ਤਬਦੀਲੀ ਆ ਉਹ ਲਿਆ ਨਹੀਂ ਸਕਦੇ ਤੁਹਾਨੂੰ ਆਪਣੇ ਅੰਦਰ ਜਿਹੜੀ ਜ਼ਮੀਰ ਆ ਉਹਨੂੰ ਜਾ ਕੇ ਰੱਖਣਾ ਪਊਗਾ ਉਹਨੂੰ ਜਗਾਉਣਾ ਪਊਗਾ ਸੱਚ ਨੂੰ ਸੱਚ ਕਹਿਣਾ ਪਊਗਾ ਜੇ ਤੁਸੀਂ ਸੱਚ ਨੂੰ ਸੱਚ ਕਹਿਣਗੇ ਲੋਕ ਵੀ ਤੁਹਾਡਾ ਵਿਸ਼ਵਾਸ ਕਰਨਗੇ ਅਤੇ ਤੁਹਾਨੂੰ ਕੁਦਰਤੀ ਤੌਰ ਤੇ ਮਾਨਸਿਕ ਤੌਰ ਤੇ ਦਿਲੋਂ ਵੀ ਤੁਹਾਨੂੰ ਆਪਣੇ ਆਪ ਨੂੰ ਸੰਤੁਸ਼ਟੀ ਮਿਲੇਗੀ ਉਹ ਕਹੀ ਆ ਇਸ ਕਰਕੇ ਉਹ ਜਿਹੜੀ ਜੀਭ ਕੱਟੀ ਗਈ ਆ ਮੈਂ ਕਹਿੰਦਾ ਉਹਨਾਂ ਸਾਰੇ ਲੋਕਾਂ ਦੀ ਕੱਟੀ ਗਈ ਆ ਜਿਹੜੇ ਦੇਖਦੇ ਹੋਏ ਵੀ ਅੰਨੇ ਹੋਏ ਹੋਏ ਨੇ ਬੋਲਦੇ ਹੋਏ ਵੀ ਗੂੰਗੇ ਬਣੇ ਹੋਏ ਨੇ